ਜੀ ਭੈਣ ਜੀ ਕੀ ਨਾਂ ਤੁਹਾਡਾ ਤੇ ਕੀ ਗੱਲ ਹੈ ਜੀ? ਮਨਜੀਤ ਕੌਰ। ਤੇ ਜਿਹੜੇ ਵੀਰ ਪੂਰੇ ਆਏ ਨੇ ਤੁਹਾਡੇ ਕੀ ਲੱਗਦੇ ਸੀ? ਤੇ ਕਿੰਨਾ ਚਿਰ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ? 2 ਸਾਲ। ਤੇ ਕੀ ਗੱਲ ਹੋਈ ਸਾਰੀ? ਟਰੈਕਟਰ ਤੋਂ ਪੈਸੇ ਲਏ 4 ਰੁਪਏ ਉਹਨਾਂ ਨੇ ਪਹਿਲੀ ਵੀ ਦਿਖਾਈ ਜੇ ਪੈ 3 ਮਹੀਨੇ ਦੀ ਮੌਲਤੀ 1.5 ਮਹੀਨਾ ਹੋ ਗਿਆ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਰੈਕਟਰ ਧੋਤਾ ਉਹਨਾਂ ਨੇ उस तो बाद घर आके की तुम घर आके जो दवाई लैन आई दवाई लेके आई ट्रैक्टर लैन गए डैडी उन्हें ट्रैक्टर नहीं दिता हाँ जी सर गल इदा मतलब भी चाहे ये फादर ये लड़के दे ये नाल इन्हें कहा कि अपना ट्रैक्टर उत्थे मैं पैली लवानी है कि शामा तक मतलब ट्रैक्टर लिया आप लै आईए मेरे नाल चल मैं नाल गया दो ही असं गए ना घर असं आख्या अंकल जी भी ट्रैक्टर ना दे दो ना पैली लवानी है उन्होंने अगर ये गल कही है कि तुम ना साढ़े पैसों का हिसाब किताब लैन देन है वो कर लीए तुम ट्रैक्टर अपना सवेरे लै जाओ बस इन्नी गल हुई मुड़ के सवेरे कहते टाइम देता नंबरदार घर आ जाओ उत्थे गलबात कर लाँगे बस यही गल है तो जो वीर ने फा ले लिया वो तुम्हें कदों पता लगा कि उन्हें फा लिया वो तो बाद में पता लगा जो डैथ हो जोगिंदर सिंह की गल हुई तेरे बेटे ने बेटे ने वो पैसों की चिंता लग गई तुम दस पैसे भी लगे ये पैसे तुम कहते लाए थे उन्होंने को ਬਿਆਜੀ ਲਏ ਟਰੈਕਟਰ ਤੇ ਲਏ ਕਿੰਨੇ ਪੈਸੇ ਲਏ ਸੀ 2 ਲੱਖ ਕਿਹਦੇ ਕੋਲ ਲਏ ਸੀ ਗੁਰਵੀਰ ਸਿੰਘ ਤੇ ਮਨਿਆਦ ਸੀ ਉਹਦੀ ਮਨਿਆਦ ਆ 3 ਮਹੀਨੇ ਦੇ ਹੁੰਦੇ ਆ ਰਹਿ ਗਏ ਮਹੀਨਾ ਲੰਘ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਬੇਟੇ ਨੇ ਉਸ ਤੋਂ ਬਾਅਦ ਨੇ ਇਸੇ ਗੁੱਛੇ ਦੇ ਮਾਰੇ ਅਣਕੇ ਨੇ ਪਾ ਲਿਆ ਟਰੈਕਟਰ ਨੂੰ ਦਿੱਤਾ ਨੇ ਫੇਰ ਗਏ ਅੰਤ ਮੇ ਲੈਣ ਇੱਕ ਪਿੰਡ ਦਾ ਮੁੰਡਾ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਮਰਪਾਲ ਸਿੰਘ ਨਾਂ ਦਾ ਮੁੰਡਾ ਹੈ 22-23 ਸਾਲ ਦਾ ਹੈਗਾ ਜਿਹਨਾਂ ਕਿ ਆਪਣੇ ਆਪ ਨੂੰ ਜਿਹੜਾ ਹੈਗਾ ਪੱਖੇ ਨਾਲ ਟੰਗ ਕੇ ਫਾਹਾ ਲੈ ਲਿਆ ਅਤੇ ਜੀਵਨ ਇਹ ਮਾਮਲਾ ਉਹਨਾਂ ਦੇ ਬਿਆਨ ਸਟੇਟਮੈਂਟ ਮੁਤਾਬਕ ਤਾਂ ਇਹ ਹੈਗਾ ਵੀ ਇਹਨਾਂ ਨੇ ਕਿਸੇ ਬੰਦੇ ਤੋਂ ਬੰਦਿਆਂ ਤੋਂ ਪੈਸੇ ਲੈਣੇ ਸੀ ਪੈਸੇ ਦੇਣੇ ਸੀ ਸੋਰੀ ਉਹਨਾਂ ਦੇ ਜਿਹੜਾ ਹੈਗਾ 2 ਲੱਖ ਰੁਪਿਆ ਲਿਆ ਸੀਗਾ ਉਹ 2 ਲੱਖ ਰੁਪਿਆ ਲੈਣ ਵਾਸਤੇ ਬੰਦੇ ਆਏ ਤਾਂ ਉਹ ਆ ਕੇ ਇਹਨਾਂ ਦਾ ਟਰੈਕਟਰ ਵਗੈਰਾ ਲੈ ਗਏ ਉਹਦੇ ਤੋਂ ਟਰੈਕਟਰ ਲਿਆਉਣ ਮਗਰੋਂ ਉਹਨਾਂ ਉਹ ਜਿਹੜਾ ਹੈਗਾ ਮੁੰਡਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਗਿਆ ਉਹਦੇ ਸੰਬੰਧ ਦੇ ਵਿੱਚ ਉਹਨੇ ਜਿਹੜੀ ਹੈਗੀ ਆ ਹੱਤਿਆ ਕਰ ਦਿੱਤੀ ਸਰ ਕੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਸ ਸੰਬੰਧ ਦੇ ਵਿੱਚ FIR ਦਰਜ ਕਰ ਲਈ ਗਈ ਹੈ ਤੇ ਅੱਜ ਪੋਸਟਮਾਰਟਮ ਕਰਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਊਗੀ ਅੱਜ ਤੱਕ ਅਨੇਕਾਂ ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਮਨੀਸ਼ ਅਚਾਰੀਆ ਸੰਪਰਕ ਕਰੋ 9969000755 ਪਤਾ ਫਗਵਾੜਾ ਪੰਜਾਬ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਖੋਇਆ ਪਿਆਰ ਵਾਪਸ ਪਾਉਣਾ ਲਵ ਮੈਰਿਜ ਸੌਦਨ ਦੁਸ਼ਮਣ ਤੋਂ ਛੁਟਕਾਰਾ ਜ਼ਮੀਨੀ ਝਗੜਾ ਬਿਮਾਰੀ 'ਚ ਦਵਾ ਨਾ ਲੱਗਣਾ ਵਿਦੇਸ਼ 'ਚ ਪੱਕਾ ਹੋਣਾ ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ 9969000755